ਦੁਕਾਨਦਾਰ ਸਾਰੇ ਇਕੱਠੇ ਹੋਏ ਨੇ ਤੁਹਾਡੇ ਵੱਲੋਂ ਵੀ ਜਿਹੜੇ ਇਸ ਜਗ੍ਹਾ 'ਤੇ ਖੜ੍ਹੇ ਹੋ ਕੇ ਜਿਹੜਾ ਰਸਤੇ ਦੇ ਹਾਲਾਤ ਦਿਖਾਏ ਗਏ ਨੇ, ਕਿਸ ਤਰ੍ਹਾਂ ਲੱਗਦਾ ਹੈ ਕਿ ਜਿਹੜੇ ਰਸਤਾ ਟੁੱਟਾ ਕਾਫੀ ਸਮਾਂ ਹੋ ਗਿਆ, ਕਹਿੰਦੇ ਬਣਿਆ ਹੀ ਨਹੀਂ ਅੱਜ ਤੱਕ ਅਤੇ ਲੋਕ ਕਾਫੀ ਮੁਸ਼ਕਿਲ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ? ਮੈਂ ਤਾਂ ਬੜਾ ਧੰਨਵਾਦ ਪਹਿਲਾਂ ਕਰਾਂਗਾ ਤੁਹਾਡੇ ਚੈਨਲ ਰੋਜ਼ਾਨਾ ਵਾਲਿਆਂ ਦਾ ਜੀ, ਜਿਨ੍ਹਾਂ ਨਾਲ ਸਾਡੀ ਇਹ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਮੈਨੂੰ ਲਗਭਗ ਇੱਥੇ 20 ਸਾਲ ਹੋ ਗਿਆ ਦੁਕਾਨ ਕਰਦੇ ਨੂੰ, ਔਰ ਇਹ ਦੁਕਾਨ ਕਰਦੇ ਨੂੰ 20 ਸਾਲ ਹੋ ਗਿਆ। ਇਹ ਰਸਤੇ ਨੂੰ ਇੱਕ ਦੋ ਵਾਰੀ ਪੈਂਚਰ ਲੱਗੇ ਹੈ, ਹੁਣ ਇਹ ਬਰਸਾਤ ਹੋਣ ਕਰਕੇ ਇੰਨਾ ਮੰਦਾ ਹਾਲਤ ਹੈ ਕਿ ਇਹ ਸਾਡੇ ਲਾਗੇ ਇੱਕ ਸਰਵਧਿਕਾਰੀ ਸਕੂਲ ਹੈ, ਇੱਥੋਂ ਬੱਚੇ ਜਾਂਦੇ ਹੈ, ਕੁਛ ਬੱਚੇ ਲੋਕਲ ਹੈ ਜਿਹੜੇ ਪੈਦਲ ਜਾਂਦੇ ਆ, ਕਈ ਵਾਰੀ ਉਹ ਵਿੱਚ ਡਿੱਗੇ, ਅਸੀਂ ਉਹਨਾਂ ਨੂੰ ਚੱਕਿਆ। ਔਰ ਇੱਥੇ ਕ੍ਰੈਸ਼ਰ ਦੀਆਂ ਗੱਡੀਆਂ ਭਰ ਭਰ ਕੇ ਲੋਡ ਬਿਨਾਂ ਓਵਰਲੋਡ ਜਾਂਦੀਆਂ, ਜਿਨ੍ਹਾਂ ਵਿੱਚੋਂ ਪੱਥਰ ਨਿਕਲ ਨਿਕਲ ਕੇ ਸਾਡੀ ਦੁਕਾਨਾਂ ਦੇ ਸ਼ੀਸ਼ਿਆਂ ਦੇ ਵੱਜਦੇ ਆ, ਔਰ ਸ਼ੀਸ਼ੇ ਸਾਨੂੰ ਤਾਂ ਲਵਾਉਣੇ ਪਏ ਆ ਕਿ ਇੱਥੇ ਇੰਨਾ ਘੱਟਾ ਮਿੱਟੀ ਹੁੰਦਾ ਹੈ ਕਿ ਸਾਡਾ ਸਮਾਨ ਡਸਟ ਨਾਲ ਸਾਰਾ ਖਰਾਬ ਹੁੰਦਾ ਹੈ। ਸਾਨੂੰ ਆਪਣੇ ਆਪ ਦਾ ਡਰ ਲੱਗਾ ਰਹਿੰਦਾ ਕਿ ਸਾਨੂੰ ਕੋਈ ਬਿਮਾਰੀ ਨਾ ਲੱਗ ਜਾਵੇ ਘੱਟੇ ਮਿੱਟੀ ਨਾਲ, ਅਤੇ ਅਸੀਂ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਇਹ ਸਾਡਾ ਜੋ ਸੜਕ ਇਹ ਰੋਡ ਦੁਕਾਨਾਂ ਦੇ ਸਾਹਮਣੇ ਬਣ ਨਿਕਲਦਾ ਪਿਆ ਹੈ, ਹਾਜੀਪੁਰ ਤੋਂ ਮਾਨਸਰ ਰੋਡ ਪਠਾਨਕੋਟ ਨੂੰ ਜਾਂਦਾ ਹੈ, ਇਹਦੀ ਰਿਪੇਅਰ ਕੀਤੀ ਜਾਵੇ ਅਤੇ ਇਹ ਚੀਜ਼ ਨੂੰ ਮੁੱਖ ਰੱਖਦੇ ਹੋਏ ਅਤੇ ਸਾਡੀ ਸਹਾਇਤਾ ਕੀਤੀ ਜਾਵੇ, ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ। ਅੱਜ ਇਕੱਠੇ ਹੋਏ ਦੁਕਾਨਦਾਰ ਸਾਰੇ, ਸੜਕ ਦੇ ਹਾਲਾਤ ਦੇਖ ਤੁਹਾਡੇ ਸਾਹਮਣੇ ਇੰਨੀ ਟੁੱਟੀ ਹੋਈ ਹੈ, ਅਤੇ ਇਸੇ ਨੂੰ ਲੈ ਕੇ ਦੁਕਾਨਦਾਰਾਂ ਦਾ ਰੋਸ ਵੀ ਜਤਾਇਆ ਕਿ ਸੜਕ ਬਣੀ ਨਹੀਂ, ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਕਿੱਦਾਂ ਦੇਖਦੇ ਹੋ ਕਿ ਜਿਹੜੀ ਸੜਕ ਬਣੀ ਨਹੀਂ ਅੱਜ? ਇਹ ਦੇਖੋ ਜੀ, ਤੁਹਾਡਾ ਬਹੁਤ ਵਧੀਆ ਉਪਰਾਲਾ ਹੈ, ਇਹ ਪਹਿਲਾਂ ਵੀ ਗੌਰਮੈਂਟ ਨੂੰ ਕਈ ਵਾਰੀ ਐਪਲੀਕੇਸ਼ਨ ਵਗੈਰਾ ਦਿੱਤੀਆਂ ਹੋਈਆਂ ਦੁਕਾਨਦਾਰਾਂ ਨੇ ਇਕੱਠੇ ਹੋ ਕੇ, ਲੇਕਿਨ ਗੌਰਮੈਂਟ ਇਹਦੇ ਕੋਈ ਧਿਆਨ ਨਹੀਂ ਦੇ ਰਹੀ ਹੈ। ਉਹ ਤੁਹਾਡੇ ਸਾਹਮਣੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ, ਆਹ ਹੁਣੇ ਥੋੜ੍ਹੀ ਦੇਰ ਪਹਿਲਾਂ ਇੱਥੋਂ ਇੱਕ ਬੰਦੇ ਦਾ ਮੋਬਾਈਲ ਡਿੱਗਿਆ ਸੀ, ਉਹ ਪਾਣੀ ਦੇ ਵਿੱਚ ਵਿਚਾਰੇ ਲੱਭ ਰਹੇ ਸੀ, ਉਹਦੇ ਕਰਕੇ ਜਾਮ ਵੀ ਲੱਗਾ, ਅਤੇ ਬਾਕੀ ਰੋਡ ਸਾਰਾ ਟੁੱਟਾ ਹੋਇਆ, ਵੱਡੀਆਂ ਗੱਡੀਆਂ ਲੰਘ ਰਹੀਆਂ ਇੱਥੇ ਦੀ, ਔਰ ਉਹਨਾਂ ਦੇ ਕਰਕੇ ਪੂਰਾ ਰੋਡ ਆ ਜਿਹੜਾ ਇਹ ਜ਼ਿਆਦਾ ਲੰਬਾ ਵੀ ਨਹੀਂ ਹੈਗਾ, ਇੱਥੋਂ ਲਈਏ ਆਪਾਂ ਜਿੰਨਾ ਕੁ ਦੁਕਾਨਦਾਰਾਂ ਦਾ ਹੈਗਾ ਏਰੀਆ, ਕਮ ਸੇ ਕਮ ਇੰਨਾ ਤਾਂ ਬਣੇ ਤਾਂ ਕਿ ਕਮ ਸੇ ਕਮ ਗਾਹਕ ਇੱਥੇ ਸਕੂਲ ਦੇ ਬੱਚੇ ਦਾ ਮੇਨ ਰੋਡ ਹੀ ਹੈ ਸਾਰਾ, ਹਾਜੀਪੁਰ ਦਾ ਬਾਜ਼ਾਰ ਅੱਗੇ ਪੈ ਜਾਂਦਾ, ਥਾਣਾ ਪੈ ਜਾਂਦਾ ਸਾਰਾ, ਇਹ ਅੱਗੇ ਜੰਮੂ ਤੱਕ ਨਿਕਲਦਾ ਰੋਡ, ਇਹ ਮਾਨਸਰ ਤੋਂ ਹੋ ਕੇ ਆਪਣਾ ਮੇਨ ਰੋਡ 'ਤੇ ਚੜ੍ਹ ਜਾਂਦਾ, ਇੱਧਰ ਬਾਕੀ ਆਹ ਜਿਹੜੇ ਪਿੰਡ ਹੈਗੇ ਆ ਦੂਸਰੇ ਲੋਕਲ ਪਿੰਡ, ਹਿਮਾਚਲ ਨੂੰ ਵੀ ਲਿੰਕ ਕਰਦਾ ਪੂਰਾ, ਠਾਕਰਦੁਆਰਾ ਵਗੈਰਾ ਉਹਦਾ ਸਾਰਾ ਰੋਡ ਜਾਂਦਾ, ਇਹ ਇੱਧਰੋਂ ਹੁਸ਼ਿਆਰਪੁਰ ਤਰਵਾੜਾ ਆਪਣੇ ਹਿਮਾਚਲ ਨੂੰ ਪੂਰਾ ਰੋਡ ਨਿਕਲਦਾ ਹੈ। ਯਾਨੀ ਕਿ ਜੇ ਮੇਨ ਮੰਨੀਏ ਤਾਂ ਹਾਜੀਪੁਰ ਦਾ ਇਹ ਇੱਕ ਮੇਨ ਜਗ੍ਹਾ ਹੈ ਜਿੱਥੋਂ ਸਾਰੇ ਪਾਸੇ ਰੋਡ ਨਿਕਲਦਾ ਹੈ, ਲੇਕਿਨ ਇਹ ਮੇਨ ਚੀਜ਼ ਇਹ ਵਧੀਆ ਰੋਡ ਹੋਣਾ ਚਾਹੀਦਾ, ਲੇਕਿਨ ਇਹ ਸਭ ਤੋਂ ਘਟੀਆ ਰੋਡ ਹੈ ਜਿਹਦੇ 'ਤੇ ਕਿ ਮਤਲਬ ਗੌਰਮੈਂਟ ਦਾ ਕੋਈ ਧਿਆਨ ਨਹੀਂ ਹੈਗਾ, ਗੌਰਮੈਂਟ ਨੂੰ ਧਿਆਨ ਦੇਣਾ ਚਾਹੀਦਾ। ਅੱਜ ਸਰ ਤੁਸੀਂ ਆਮ ਆਦਮੀ ਪਾਰਟੀ ਦੇ ਮੇਨ ਮੋਰਚਾ ਨੇਤਾ ਹੋ ਇੱਥੇ, ਅਤੇ ਅੱਜ ਹਾਲਾਤ ਜਿਹੜੇ ਬਣੇ ਹੋਏ ਨੇ, ਦੁਕਾਨਦਾਰ ਵੀ ਇਕੱਠੇ ਹੋਏ ਨੇ, ਅਤੇ ਕਿੱਦਾਂ ਦੇਖਦੇ ਹੋ ਕਿ ਸੜਕ ਟੁੱਟੀ ਹੋਈ ਹੈ, ਬੜੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ? ਦੇਖੋ ਜੀ, ਦੁਕਾਨਦਾਰ ਜਿਹੜੇ ਅੱਜ ਇਕੱਠੇ ਹੋਏ ਆ, ਇਹਨਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਕਾਫੀ ਸਮੇਂ ਤੋਂ ਆ ਰਹੀਆਂ ਆ, ਮੈਂ ਇਹਨਾਂ ਦਾ ਜਿਹੜਾ ਇਕੱਠੇ ਹੋਣਾ ਹੈ ਉਹ ਜਾਇਜ਼ ਹੈ ਬਿਲਕੁਲ, ਕਿਉਂਕਿ ਇਹਨਾਂ ਨੂੰ ਦੁੱਖ ਤਕਲੀਫਾਂ ਹੈਗੀਆਂ ਆ, ਕਿਉਂਕਿ ਇਹਨਾਂ ਨੂੰ ਗਾਹਕ ਦੀ ਪਰੇਸ਼ਾਨੀ ਆਉਂਦੀ ਹੈ, ਰੋਡ ਟੁੱਟੇ ਹੋਣ ਕਰਕੇ ਕੋਈ ਗਾਹਕ ਖੜਦਾ ਨਹੀਂ ਹੈਗਾ ਇੱਥੇ। ਸੋ ਇੱਥੇ ਇਹ ਜਿਹੜਾ ਮੈਂ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਹਾਂਗਾ ਕਿ ਜਿਹੜਾ ਅੱਜ ਤੱਕ ਇਹਨੂੰ ਕਿਸੇ ਵੀ ਪਲੇਨ ਰੋਡ ਦੇ ਵਿੱਚ ਨਹੀਂ ਘੋਸ਼ਿਤ ਕਰਾਇਆ ਗਿਆ, ਕਿਉਂਕਿ ਜਦੋਂ ਪਲੇਨ ਰੋਡ ਹੋਵੇਗਾ ਤਾਂ ਇਹਨੂੰ ਗ੍ਰਾਂਟ ਜਿਹੜੀ ਹੈ ਸਰਕਾਰ ਜਲਦੀ ਇਸ਼ੂ ਕਰਦੀ ਆ, ਲੇਕਿਨ ਇਹ ਜਿਹੜਾ ਲਿੰਕ ਰੋਡ ਹੋਣ ਕਰਕੇ ਇਹਨੂੰ ਮਤਲਬ ਗ੍ਰਾਂਟ ਸਰਕਾਰ ਦੇ ਲਈ ਜਿਹੜਾ ਇਸ਼ੂ ਕਰਨਾ ਬਹੁਤ ਔਖਾ ਹੁੰਦਾ ਹੈ, ਕਿਉਂਕਿ ਜਦੋਂ ਰੋਡ ਟੁੱਟੇ ਆ ਸਾਡੇ ਤਾਂ ਸਾਡੇ ਲਈ ਕੰਮ ਕਰਨਾ ਜਾਂ ਦੁਕਾਨਦਾਰਾਂ ਲਈ ਕੰਮ ਕਰਨਾ ਬੜਾ ਔਖਾ, ਇਹਨਾਂ ਦੇ ਦਿਨ ਮਤਲਬ ਆਏ ਦਿਨ ਕੋਈ ਨਾ ਕਿਸੇ ਦਾ ਸ਼ੀਸ਼ਾ ਜਿਹੜਾ ਟੁੱਟਦਾ ਰਹਿੰਦਾ ਆ, ਕਿਉਂਕਿ ਸ਼ੀਸ਼ੇ ਦੀ ਗੱਲ ਕਰੀਏ ਸ਼ੀਸ਼ਾ ਜਿਹੜਾ ਇੱਕ 40-50 ਹਜ਼ਾਰ ਦਾ ਪੈਂਦਾ ਆ, ਤਾਂ ਸਮਝ ਲਓ ਵੀ ਉਹ ਇੱਕ 2-3 ਮਹੀਨਿਆਂ ਦੀ ਜਿਹੜੀ ਕਮਾਈ ਆ ਉਹ ਸ਼ੀਸ਼ੇ ਦੇ ਵਿੱਚ ਲਗਾਉਣੀ ਪੈਂਦੀ ਆ, ਤੁਸ ਦੁਕਾਨਦਾਰ ਜਿਹੜਾ ਹੈ ਉਹ ਕਿੱਥੋਂ ਤਰੱਕੀ ਕਰ, ਬੱਚੇ ਵੀ ਡਿੱਗਦੇ ਆ ਇੱਥੋਂ, ਜਿਹੜੇ ਮੋਟਰਸਾਈਕਲ 'ਤੇ ਜਾਂ ਸਕੂਟੀਆਂ 'ਤੇ ਔਰਤਾਂ ਜਾਂ ਜਿਹੜੇ ਮਰਦ ਜਾਂਦੇ ਨੇ ਉਹ ਆਏ ਦਿਨ ਇੱਥੇ ਉਹਨਾਂ ਦੇ ਐਕਸੀਡੈਂਟ ਹੁੰਦੇ ਨੇ, ਸੱਟਾਂ ਲੱਗਦੀਆਂ। ਸੋ ਇਹ ਚੀਜ਼ਾਂ ਜਿਹੜੀਆਂ ਮੁੱਖ ਰੱਖਦੇ ਹੋਏ ਮੈਂ ਆਪਣੀ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਸ ਰੋਡ ਨੂੰ ਜਲਦੀ ਧਿਆਨ ਦੇ ਵਿੱਚ ਲਿਆਂਦਾ ਜਾਵੇ ਅਤੇ ਰਿਪੇਅਰ ਕਰਾਇਆ ਜਾਵੇ। ਧੰਨਵਾਦ।